ਭਗਵੰਤ ਮਾਨ ਸਾਹਿਬ, ਅਸੀਂ ਵੀ NRI ਆ, ਮੈਂ ਦੁਬਈ ਰਹਿੰਦਾ ਵਾਂ, ਪਰ ਭਾਅ ਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮਾੜਾ ਜਿਹਾ ਵੀ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ, ਪਰ ਇਹ ਭਾਅ ਜੀ ਗਲਤ ਹੋਇਆ ਜੀ। ਸਾਡੇ ਫੁੱਫੜ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ, ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ NRI ਨੇ, ਦੋਨੋਂ ਬਾਹਰ ਆ, ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ, ਕਿਉਂਕਿ ਉਹ ਪੱਕੇ ਨਹੀਂ ਹੈਗੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ, ਉਹ ਆ ਨਹੀਂ ਸਕਦੇ, ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ। ਪਰ ਭਗਵੰਤ ਮਾਨ ਸਾਹਿਬ, ਅਸੀਂ ਤੁਹਾਨੂੰ ਇਹੋ ਰਿਕੁਐਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ, ਕਿਉਂਕਿ ਪੰਜਾਬ ਸਾਡਾ ਉੱਜੜਦਾ ਜਾ ਰਿਹਾ ਜੀ। ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ, ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ। ਤੇ ਉੱਥੋਂ ਆਪਣਾ ਜਿਹੜਾ ਸੀਗਾ ਆਇਆ ਸੀ ਫਾਦਰ ਅਮਨਪ੍ਰੀਤ, ਉਹਦੇ ਨਾਲ ਪੰਜ ਜਣੇ ਸੀ, ਉਹ ਇੱਥੇ ਆਏ ਸੀ ਕੋਈ ਇਹਨਾਂ ਨਾਲ ਗੱਲਬਾਤ ਕਰਨ। ਉਹਨੇ ਇਹਦੇ ਮਹਿੰਦਰ ਭਗਵੰਤ ਸਿੰਘ ਦੇ ਆਪਣਾ ਪੈਰ ਮਾਰਤਾ ਤੇ FIR ਨੰਬਰ ਦਰਜ ਕਰ ਲਈ ਆ ਤੇ ਬੰਦੇ ਆਪਣਾ ਕੱਢ ਰਹੇ। ਹਾਂਜੀ ਹਾਂਜੀ, ਟਰੇਸ ਹੋ ਗਏ। ਇਹ ਟੋਟਲ ਆਪਣਾ 6 ਜਣੇ ਆਏ। ਮਾਮਲਾ ਜੀ ਹੁਣ ਕਰਦੇ ਹਾਂ ਤਫਤੀਸ਼ ਆਪਣਾ, ਸ਼ੁਰੂ ਬੱਚਿਆਂ ਦੇ ਜਾਂਦੇ ਲੜਾਈ ਹੋਈ ਛੋਟੀ ਮੋਟੀ ਕਿਤੇ, ਉਹ ਤੋਂ ਆਏ ਇੱਥੇ ਘੜੀ।